ਮੈਨੂੰ ਯਾਦ ਹੈ ਕਿ ਜਦੋਂ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀਗੀ ਤਾਂ ਮੈਂ ਫਾਦਰ ਸਾਹਿਬ ਨੂੰ ਕਿਹਾ ਕਿ ਮੇਰੀ ਇੱਕ ਐਮਏ ਤਾਂ ਕੰਪਲੀਟ ਹੋ ਚੁੱਕੀ ਆ ਤੇ ਮੈਂ ਅ ਬਸ ਹੁਣ ਸਟੱਡੀ ਆਪਣੀ ਰੋਕਣਾ ਚਾਹੁੰਦੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਮੇਰਾ ਮਨ ਹੈ ਕਿ ਤੂੰ ਦੋ ਤਿੰਨ ਐਮਏ ਕਰੇ। ਕੀ ਬਾਤ ਹਨਾ ਤੂੰ ਮੈਨੂੰ ਸਵਾਲ ਕੀਤਾ ਮੈਂ ਕਿਹਾ ਵੀ ਇਦਾਂ ਕਿਉਂ ਵੀ ਲੋਕ ਇੱਕ ਬੀਏ ਕਰਨੀ ਹੁੰਦੀ ਫਿਰ ਐਮਏ ਕਰਨੀ ਹੁੰਦੀ ਉਸ ਤੋਂ ਬਾਅਦ ਤੁਸੀਂ ਨੌਕਰੀ ਲੱਭਣੀ ਹੁੰਦੀ। ਉਹ ਕਹਿੰਦੇ ਵੀ ਬੇਟਾ ਪੜ੍ਹਨ ਦਾ ਮਤਲਬ ਇਹ ਹੁੰਦਾ ਕਿ ਕੱਲ ਨੂੰ ਤੂੰ ਇੰਨੀ ਕੁ इंडिपेंडेंट ਹੋ ਜائیں ਇੰਨੀ ਇੱਕ ਆ ਸਮਰੱਥ ਹੋ ਜائیں ਆਪਣੇ ਆਪ ਦੇ ਵਿੱਚ ਕਿ ਤੈਨੂੰ ਕਿਸੇ ਦੇ ਮੂੰਹ ਹਲਾ ਦੇਖਣਾ ਪਵੇ। ਕੀ ਬਾਤ। ਮੈਂ ਹੁਣ ਵੀ ਘਰੋਂ ਬਾਹਰ ਜਾਂਦੀ ਆ ਮੇਰਾ ਕੰਮ ਇਦਾਂ ਦਾ ਤੁਸੀਂ ਇਵੈਂਟ ਮੈਨੇਜਮੈਂਟ ਦੀ ਗੱਲ ਕੀਤੀ ਤਾਂ ਮੇਰਾ ਕੰਮ ਇਦਾਂ ਦਾ ਕਿ ਮੈਨੂੰ ਕਈ ਵਾਰੀ ਦੋ-ਦੋ ਦਿਨ ਵੀ ਰਾਤ ਬਾਹਰ ਰਹਿਣਾ ਪੈਂਦਾ। ਤੇ ਕਈ ਵਾਰੀ ਮੇਰੇ ਸਰਕਲ ਦੇ ਵਿੱਚ ਲੋਕੀ ਗੱਲ ਕਰਦੇ ਅੱਛਾ ਤੂੰ ਫਿਰ ਕਿੱਥੇ ਰੁਕਦੀ ਆ। ਹੁਣ ਜਿਹੜੋ ਕਿੱਥੇ ਰੁਕਦੀ ਆ ਮੈਨੂੰ ਸਮਝ ਆਉਂਦਾ ਵੀ ਉਹ ਕੀ ਪੁੱਛ ਰਿਹਾ ਮੈਨੂੰ ਹਨਾ ਤੇ ਮੈਂ ਇੱਕੋ ਗੱਲ ਦਾ ਜਵਾਬ ਦਿੰਦੀ ਹੁੰਦੀ ਆ ਕਿ ਮੈਂ ਜਿੱਥੇ ਵੀ ਜਾਂਦੀ ਆ ਜੋ ਵੀ ਕਰਦੀ ਆ ਪਹਿਲਾਂ ਤਾਂ ਮੇਰੇ ਆਪਣੇ ਆ ਦੂਜਾ ਮੇਰੇ ਬੱਚਿਆਂ ਨੂੰ ਪਤਾ ਜਿਨ੍ਹਾਂ ਦੀ ਮੈਂ ਅੱਖਾਂ ਚੱਖਾਂ ਪਾਉਣੀ ਆ ਕੇ ਤੀਜਾ ਮੇਰੇ ਮਾਪਿਓ ਨੂੰ ਪਤਾ ਤੇ ਚੌਥਾ ਮੈਂ ਕਿਸੇ ਨੂੰ ਅਨਸਰੇ ਬੰਨੀ ਹੈਗੀ ਤੁਹਾਨੂੰ ਅੱਜ ਇਸ ਪੋਡਕਾਸਟ ਵਿੱਚ ਬੁਲਾਉਣ ਦਾ ਮਕਸਦ ਇਹੀ ਸੀ ਗੱਲ ਕਰਨ ਦਾ ਮਕਸਦ ਮੇਰਾ ਇਹੀ ਸੀ ਵੀ ਬਹੁਤ ਸਾਰੀਆਂ ਔਰਤਾਂ ਇਹੋ ਜੀ ਜੂਨ ਹੰਡਾ ਰਹੀਆਂ ਨੇ ਕਿਉਂਕਿ ਆਮ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਸਾਡੇ ਇੰਡੀਆ ਦੇ ਵਿੱਚ ਨਾ ਇਤਰਾਜ਼ ਦੀ ਹੈ ਕਿਸੇ ਵੀ ਔਰਤ ਦਾ ਪਤੀ ਨਾਲ ਨਹੀਂ ਹੈ ਉਹਦੇ ਜਾਂ ਉਹ ਡਿਵੋਰਸੀ ਹੈ ਜਾਂ ਉਹ ਸੈਪਰੇਟ ਹੈ ਜਾਂ ਉਹ ਉਹਦੇ ਡੈਥ ਹੋ ਚੁੱਕੀ ਹੈ ਤੁਹਾਨੂੰ ਇਹ ਸਮਝਾ ਜਾਂਦਾ ਹੈ ਵੀ ਇਹ ਨਖਿੰਦ ਇਹਦੀ ਇਹਦੀ ਆਪਣੀ ਕੋਈ ਹੋਂਦ ਹੀ ਨਹੀਂ ਇਹਦਾ ਕੋਈ ਵਜੂਦ ਹੀ ਤੁਸੀਂ ਹੈਰਾਨ ਹੋ ਜਾਓਗੇ ਰੀਮਾ ਜੀ ਜਿਹੜੀ ਆਪਾਂ ਗੱਲ ਕੀਤੀ ਨਾ ਕਿ ਸ਼ਾਇਦ ਆਪਾਂ ਕਈ ਵਾਰ ਦਿਮਾਗ ਸਾਡਾ 네ਗੇਟਿਵ ਕਿ ਹੋ ਜਾਂਦਾ ਮੈਂ ਉਹ ਇਦਾਂ ਨਹੀਂ ਲੈਂਦੀ ਮੈਂ ਇਹ ਨਹੀਂ ਕਹਿੰਦੀ ਕਿ ਮੈਂ 네ਗੇਟਿਵ ਹੋ ਗਈਆਂ ਮੈਂ ਅਵੇਅਰ ਹੋ ਗਈਆਂ ਹੂੰ ਪਹਿਲਾਂ ਮੈਂ ਯਕੀਨ ਕਰਦੀ ਸੀ ਇਹ ਇਹ ਆਮ ਔਰਤਾਂ ਨੂੰ ਇਹ ਸੁਣਨਾ ਚਾਹੀਦਾ ਸੋਚਣਾ ਚਾਹੀਦਾ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਭੋਲੀਆਂ ਵੀ ਹੁੰਦੀਆਂ ਨੇ ਤੇ ਛੇਤੀ ਭਰੋਸਾ ਵੀ ਕਰ ਲੈਂਦੀਆਂ ਮੇਰੇ ਜਿਹੜੇ ਕੁਝ ਆਪਾਂ ਹਵਾਲਾ ਕੀ ਦਿੱਤਾ ਵਿੱਚ ਕਿ ਕੁਝ ਪੁਲਿਸ ਕੇਸ ਚੱਲਦੇ ਸੀਗੇ ਜਾਂ ਮੈਨੂੰ ਕਦੇ ਕਾਨੂੰਨੀ ਸਲਾਹ ਦੀ ਲੋੜ ਪਈ ਤਾਂ ਸਾਡੇ ਜਲੰਧਰ ਦੇ ਵਿੱਚ ਭਾਜੀ ਨੇ ਮੈਂ ਉਹਨਾਂ ਨੂੰ ਅੱਜ ਤੱਕ ਇੱਕ ਵਾਰੀ ਮਿਲੀ ਸੀ। ਹੂੰ ਉਹਨਾਂ ਨੇ ਮੈਨੂੰ ਪੁਲਿਸ ਕਮਿਸ਼ਨਰ ਦੇ ਆਫਿਸ ਬੈਠੇ ਦੇਖਿਆ। ਬੈਠੇ ਦੇਖ ਕੇ ਉਹਨਾਂ ਨੇ ਮੈਨੂੰ ਮੇਰੀ ਪ੍ਰੋਬਲਮ ਪੁੱਛ ਲਈ। ਉੱਥੇ ਹੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ। ਕੀਵਾਹ ਤੇ ਨਮ ਜੋ ਤੂੰ ਸਾਡੇ ਬੱਚਿਆਂ ਵਰਗੀ ਆ ਮੈਂ ਤੇਰੇ ਨਾਲ ਖੜਾ। ਹਾਂ ਇਦਾਂ ਦੇ ਵੀ ਬੰਦੇ ਤੁਹਾਨੂੰ ਮਿਲਦੇ ਜ਼ਿੰਦਗੀ ਦੇ ਵਿੱਚ। ਪਰ ਉਹ ਉਹ ਮੈਨੂੰ ਲੱਗਦਾ ਹੁੰਦਾ ਕਿ ਸਾਡੀ ਤਰਾਸ ਦੀ ਯਾਰੀ ਮਾਜੀ ਕਿ ਉਹ ਲੋਕ ਸਾਨੂੰ ਚੁਣਨੇ ਲੱਭਣੇ ਬਹੁਤ ਔਖੇ ਆ। ਔਖੇ ਆ ਕਿਉਂਕਿ ਗਿਣਤੀ ਨਹੀਂ ਹੈਗੀ। ਆਪਾਂ ਜਿੱਦਾਂ ਕਹਦੇ ਆ ਆਟੇ 'ਚ ਨਮਕ ਦੇ ਬਰਾਬਰ ਆ। ਤੁਹਾਨੂੰ ਇਹ ਗੱਲ ਮੇਰੀ ਮੰਨ ਕੇ ਚੱਲਣੀ ਚਾਹੀਦੀ ਇਹਦੇ ਵਿੱਚ ਮੈਂ ਮੇਲ ਜਾਂ ਫੀਮੇਲ ਨੂੰ ਕਾਊਂਟ ਕਰਕੇ ਨਹੀਂ ਚੱਲਦੀ ਤੁਹਾਨੂੰ ਜ਼ਿੰਦਗੀ 'ਚ ਤਕੜੇ ਹੋયા ਤਕੜੇ ਹੁੰਦੇ ਆ ਦੇਖਦੇ ਆ ਬਹੁਤ ਘੱਟ ਲੋਕ ਆ ਜਿਹੜੇ ਸਹਿੰਦੇ ਆ ਚਾਹੇ ਲੇਡੀ ਆ ਚਾਹੇ ਤੁਹਾਨੂੰ financial management ਮੈਨੂੰ ਲੱਗਦਾ ਸਾਡੇ ਬੱਚਿਆਂ ਨੂੰ ਸਾਨੂੰ ਸਿਖਾਉਣੀ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਮੇਕਅਪ ਕਰਨਾ ਸਿਖਾਉਣਾ ਜ਼ਰੂਰੀ ਨਹੀਂ ਹੈ ਨੇਲ ਆਰਟ ਸਿਖਾਉਣਾ ਜ਼ਰੂਰੀ ਨਹੀਂ ਹੈ ਆਇਲਟ ਸਿਖਾਉਣੀ ਜ਼ਿਆਦਾ ਜ਼ਰੂਰੀ ਨਹੀਂ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸੀ ਫਾਈਨੈਂਸ਼ੀਅਲ ਮੈਨੇਜਮੈਂਟ ਜਿਹੜੀ ਆਪਣੀਆਂ ਧੀਆਂ ਨੂੰ ਆਪਾਂ ਨੂੰ ਜ਼ਰੂਰ ਸਿਖਾਈਏ ਕਿਉਂਕਿ ਲਾਈਫ ਦਾ ਇੱਕ ਪੜਾ ਅਸੀਂ ਮੰਨ ਕੇ ਚੱਲੀਏ ਸਭ ਦੀ ਲਾਈਫ ਇੱਕੋ ਜੀ ਸਮੂਥਾ ਟਾਈਮ ਨਹੀਂ ਰਹਿੰਦੀ ਸਪਾਈਸੀ ਪੋਡਕਾਸਟ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਬਹੁਤ ਜ਼ਿਆਦਾ ਪਿਆਰ ਦੇ ਰਹੇ ਤੁਸੀਂ ਸਾਡੇ ਪੋਡਕਾਸਟ ਨੂੰ ਤੁਹਾਡੇ ਨਿੱਤ ਦੇ ਮੁੱਦੇ ਲੈ ਕੇ ਅਸੀਂ ਆਉਂਨੇ ਆਂ ਰੋਜ਼ਮਰਾਂ ਦੀਆਂ ਗੱਲਾਂ ਜੋ ਆਮ ਘਰਾਂ ਦੇ ਵਿੱਚ ਹੁੰਦੀਆਂ ਨੇ ਜੋ ਆਮ ਬਲਵਲੇ ਸਾਡੇ ਜ਼ਿਹਨ ਦੇ ਵਿੱਚ ਚੱਲਦੇ ਨੇ ਉਹੀ ਗੱਲਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਮੁਖਾਤਬ ਹੋ ਜਾਂਦੇ ਆਂ ਆਮ ਤੌਰ ਤੇ ਅਸੀਂ ਜਦੋਂ ਕਿਸੇ ਔਰਤ ਨੂੰ ਕਿਤੇ ਉੱਚੇ ਅਹੁਦੇ ਤੇ ਦੇਖਦੇ ਆਂ ਤੇਕਦਾ ਸਰਵੇ ਵੀ ਹੋ ਚੁੱਕਾ ਹੈ ਕਿ ਹਾਲਾਂਕਿ ਔਰਤਾਂ ਜੜੀਆਂ ਨੇ ਕਿਸੇ ਵੀ ਅਹੁਦੇ ਦੇ ਉੱਪਰ ਕੰਮ ਕਰਨ ਦੇ ਲਈ ਪੂਰੀ ਤਰ੍ਹਾਂ ਕੈਪੇਬਲ ਹੁੰਦੀਆਂ ਨੇ ਲੇਕਿਨ ਇਹਦੇ باوجود ਵੀ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਉਹਨਾਂ ਦਾ ਇੰਡੀਪੈਂਡੈਂਟ ਹੋਣਾ ਯਾਨੀ ਆਤਮ ਨਿਰਭਰ ਹੋਣਾ ਬਰਦਾਸ਼ਤ ਨਹੀਂ ਕਰ ਪਾਉਂਦੇ ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਕੋਈ ਔਰਤ ਸਾਡੀ ਬੌਸ ਕਿਉਂ ਹੈ ਜਾਂ ਇਹ ਸਾਡੇ ਤੋਂ ਵਧੀਆ ਕੰਮ ਕਿਉਂ ਕਰ ਪਾ ਰਹੀ ਹੈ ਜਾਂ ਇਸ ਆਤਮ ਨਿਰਭਰ ਔਰਤ ਦੇ ਰਾਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਆਖਰਕਾਰ ਇਸ ਔਰਤ ਦਾ ਆਤਮ ਨਿਰਭਰ ਹੋਣਾ ਕਿੰਨਾ ਕੁ ਜ਼ਰੂਰੀ ਹੈ ਕਿ ਅਸੀਂ ਜਿਸ ਆਤਮ ਨਿਰਪਰਤਾ ਨੂੰ ਆਜ਼ਾਦੀ ਦਾ ਨਾਮ ਦੇ ਚੁੱਕੇ ਹਾਂ ਇਹਦੇ ਕੁਝ ਹੋਰ ਮਾਇਨੇ ਵੀ ਨਿਕਲਦੇ ਨੇ ਇਹਨਾਂ ਸਾਰੀਆਂ ਹੀ ਗੱਲਾਂ ਨੂੰ ਲੈ ਕੇ ਅੱਜ ਸਾਡੇ ਕੋਲ ਪਹੁੰਚੇ ਹੋਏ ਨੇ ਨਵਜੋਤ ਕੌਰ ਜੀ ਜੋ ਖੁਦ ਨਾ ਸਿਰਫ ਇੱਕ ਆਤਮ ਨਿਰਭਰ ਔਰਤ ਨਹੀਂ ਆਪਣਾ ਘਰ ਚਲਾ ਰਹੇ ਨੇ ਬਲਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਵਜੋਤ ਜੀ ਜੀ ਬਹੁਤ ਬਹੁਤ ਧੰਨਵਾਦ ਰਿਮਾ ਜੀ ਆ ਤੁਸੀਂ ਇੱਕ ਕੰਪਨੀ ਚਲਾਉਂਦੇ ਹੋ ਇਵੈਂਟ ਕੰਪਨੀ ਹੈ ਤੁਹਾਡੀ ਹੈਨਾ ਇਸ ਦੇ ਨਾਲ ਨਾਲ ਤੁਸੀਂ ਦੂਰਦਰਸ਼ਨ ਦੇ ਨਾਲ ਬਕਾਇਦਾ ਜੁੜੇ ਹੋਏ ਹੋ ਹੋਰ ਵੀ ਬਹੁਤ ਸਾਰੇ ਚੈਨਲਾਂ 'ਚ ਤੁਸੀਂ ਕੰਮ ਕਰ ਚੁੱਕੇ ਹੋ ਕੱਲੇ ਤੁਸੀਂ ਆਪਣਾ ਇੱਕ ਮਕਾਮ ਬਣਾਇਆ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਵੀ ਸੁਣਨ ਨੂੰ ਮਿਲੀਆਂ ਹੋਣਗੀਆਂ ਵੀ ਇਹ ਤਾਂ ਛੜੀ-ਛਾਂਡ ਆ ਜਾਂ ਇਹ ਤਾਂ ਆਜ਼ਾਦੀ ਦੇ ਨਾਂ ਤੇ ਪਤਾ ਨਹੀਂ ਕੀ ਕੀ ਕਰਦੀ ਆ ਕਈ ਵਾਰੀ ਰਾਤ ਬਰਾਤੇ ਵੀ ਮੁਸ਼ਕਲਾਂ ਜੜੀਆਂ ਆਉਂਦੀਆਂ ਨੇ ਸੋ ਜੇ ਸੇ ਸਭ ਤੋਂ ਪਹਿਲੀ ਗੱਲ ਕਰੀਏ ਆਜ਼ਾਦੀ ਇਸ ਆਜ਼ਾਦੀ ਦੇ ਮਾਇਨੇ ਕੀ ਨੇ ਪਹਿਲਾਂ ਤਾਂ ਰਿਮਾ ਜੀ ਅੱਜ ਰੇਡੀਓ ਸਪਾਈਸ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਆਪਾਂ ਰੂਬਰੂ ਹੋਏ ਆ ਪੋਡਕਾਸਟ ਬੜਾ ਪਿਆਰਾ ਤੁਹਾਡਾ ਮੈਂ ਹੋਰ ਵੀ ਗੱਲਾਂ ਤੁਹਾਡੀਆਂ ਸੁਣਦੀ ਹੁੰਦੀ ਹੰਨੀ ਆ ਬੜੀ ਅੱਛੀਆਂ ਲੱਗਦੀਆਂ ਔਰ ਜ਼ਰੂਰੀ ਹੈ ਕਿ ਜਦੋਂ ਕੋਈ ਗੱਲ ਆਪਾਂ ਕਰਦੇ ਆ ਉਹ ਕਿਸੇ ਨੂੰ ਡਾਇਰੈਕਸ਼ਨ ਦਿੰਦੀ ਹੋਵੇ ਉਹਦਾ ਤਾਂ ਫਾਇਦਾ ਆ ਮੈਨੂੰ ਯਾਦ ਹੈ ਕਿ ਜਦੋਂ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀਗੀ ਤਾਂ ਮੈਂ ਫਾਦਰ ਸਾਹਿਬ ਨੂੰ ਕਿਹਾ ਕਿ ਮੇਰੀ ਇੱਕ ਐਮਏ ਤਾਂ ਕੰਪਲੀਟ ਹੋ ਚੁੱਕੀ ਆ ਤੇ ਮੈਂ ਅ ਬਸ ਹੁਣ ਸਟੱਡੀ ਆਪਣੀ ਰੋਕਣਾ ਚਾਹੁੰਦੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਮੇਰਾ ਮਨ ਹੈ ਕਿ ਤੂੰ 2-3 ਐਮਏ ਕਰੇ। ਕੀ ਬਾਤ। ਹਨਾ ਤੂੰ ਮੈਨੂੰ ਸਵਾਲ ਕੀਤਾ ਮੈਂ ਕਿਹਾ ਵੀ ਇਦਾਂ ਕਿਉਂ? ਵੀ ਲੋਕ ਇੱਕ ਬੀਏ ਕਰਨੀ ਹੁੰਦੀ ਫਿਰ ਐਮਏ ਕਰਨੀ ਹੁੰਦੀ ਉਸ ਤੋਂ ਬਾਅਦ ਤੁਸੀਂ ਨੌਕਰੀ ਲੱਭਣੀ ਹੁੰਦੀ। ਉਹ ਕਹਿੰਦੇ ਵੀ ਬੇਟਾ ਪੜਨ ਦਾ ਮਤਲਬ ਇਹ ਹੁੰਦਾ ਕਿ ਕੱਲ ਨੂੰ ਤੂੰ ਇੰਨੀ इंडिपेंडेंट ਹੋ ਜਾਣ ਇੰਨੀ ਇੱਕ ਆ ਸਮਰੱਥ ਹੋ ਜਾਏ ਆਪਣੇ ਆਪ ਦੇ ਵਿੱਚ ਕਿ ਤੈਨੂੰ ਕਿਸੇ ਦੇ ਮੂੰਹ ਹਲਾ ਦੇਖਣਾ ਪਵੇ। ਕਿਆ ਬਾਤ। ਉਦੋਂ ਉਹਦੇ ਮਾਇਨੇ ਸਮਝ ਨਹੀਂ ਸੀ ਆਏ। ਉਹ ਤਾਂ ਇਦਾਂ ਲੱਗਦਾ ਸੀ ਘੂਟਾਂ ਨੇ ਆਏ ਹਨਾ। ਸਾਨੂੰ ਪੜਨ ਲਈ ਕਹਿ ਦਿੱਤਾ ਗਿਆ ਪਰ ਅੱਜ ਜਦੋਂ ਮੈਂ ਅੱਜ ਲਾਈਫ ਦੇ ਕਿਸ ਮਕਾਮ ਤੇ ਖੜੀ ਹਾਂ ਜਿੱਥੇ ਮੈਨੂੰ ਅੱਜ ਉਹ ਪਰਿਭਾਸ਼ਾ ਸਮਝ ਆ ਗਈ ਕਿ ਇੱਕ ਔਰਤ ਦਾ ਆਤਮ ਨਿਰਪਰ ਹੋਣਾ ਕਿੰਨਾ ਜ਼ਰੂਰੀ ਹੈ। ਉਹਦਾ ਪੜਨਾ ਕਿੰਨਾ ਜ਼ਰੂਰੀ ਹੈ ਪੜਨ ਤੋਂ ਬਾਅਦ ਉਸ ਪੜ੍ਹਾਈ ਨੂੰ ਇੱਕ ਸੇਧ ਦੇ ਵਿੱਚ ਲਾਉਣਾ ਕਿੰਨਾ ਜ਼ਰੂਰੀ ਹੈ ਬੱਚੀਆਂ ਪੜ ਲੈਂਦੀਆਂ ਸਾਡੀਆਂ ਹਮ ਪਰ ਪੜਨ ਤੋਂ ਬਾਅਦ ਕੀ ਆ ਕਿ ਉਹਨਾਂ ਦੀ ਕੋਈ ਦਿਸ਼ਾ ਹੀ ਨਹੀਂ ਹੈਗੀ ਜ਼ਿੰਦਗੀ ਦੀ ਹਮ ਉਹਦਾ ਉਹਦਾ ਕਾਰਨ ਜਿਹੜਾ ਮੈਨੂੰ ਸਮਝ ਆਉਂਦਾ ਕਿ ਅਸੀਂ ਉਸ ਦਿਸ਼ਾ ਹੋਣੀ ਕੀ ਚਾਹੀਦੀ ਹੈ ਅਸੀਂ ਰਿਮਾ ਜੀ ਸਮਝ ਹੀ ਨਹੀਂ ਪਾਉਂਦੇ ਉਹਨੂੰ ਜੀ ਕਿਉਂਕਿ ਇੱਕ ਤੁਸੀਂ ਵਿੱਚ ਵਿਚਾਲੇ ਗੱਲ ਕੀਤੀ ਕਿ ਆਜ਼ਾਦੀ ਹਮ ਆਜ਼ਾਦੀ ਕਿਹਨੂੰ ਅਸੀਂ ਕਹਿੰਦੇ ਹਮ ਸਾਡੀਆਂ ਧੀਆਂ ਨੂੰ ਵੀ ਕੁੜੀਆਂ ਨੂੰ ਵੀ ਇਹ ਲੱਗਦਾ ਕਿ ਕਿਸ ਨੂੰ ਦਬਾਉਣਾ ਆਜ਼ਾਦੀ ਹੈ ਹੂੰ ਉੱਚੀ ਬੋਲਣਾ ਆਜ਼ਾਦੀ ਹੈ ਹੂੰ ਸਹਰਿਆਂ 'ਚ ਲੜਨਾ ਆਜ਼ਾਦੀ ਹੈ ਹੂੰ ਆਪਣੇ ਪੇਕੇ ਘਰ ਚ ਲੜਨਾ ਆਜ਼ਾਦੀ ਹੈ ਆਪਣੇ ਘਰ ਵਾਲੇ ਨੂੰ ਆਪਣੇ ਬੱਚੇ ਨੂੰ ਘੂੜ ਕੇ ਰੱਖਣਾ ਆਜ਼ਾਦੀ ਹੈ ਹਾਂ ਜੀ ਇਹ ਆਜ਼ਾਦੀ ਨਹੀਂ ਹੈ ਆਜ਼ਾਦੀ ਤੁਹਾਡੀ ਪਰਸਨੈਲਿਟੀ ਦੀ ਹੋਣੀ ਚਾਹੀਦੀ ਹੈ ਤੁਹਾਡੇ ਵਿਚਾਰਾਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੁਸੀਂ ਜੋ ਜ਼ਿੰਦਗੀ 'ਚ ਕਰਨਾ ਚਾਹੁੰਦੇ ਆ ਉਹਨੂੰ ਫ੍ਰੀ ਹੋ ਕੇ ਕਰੋ ਪਰ ਤੁਹਾਡੀ ਆਜ਼ਾਦੀ ਕਿਸੇ ਲਈ ਕੁਟੜ ਨਹੀਂ ਬਣਨਾ ਚਾਹੀਦੀ ਇਹ ਆਜ਼ਾਦੀ ਹੈ ਤੁਹਾਡੀ ਹੂੰ ਜਦੋਂ ਮੈਂ এডਿਕੇਸ਼ਨ ਆਪਣੀ ਲਈ এডਿਕੇਸ਼ਨ ਤੋਂ ਬਾਅਦ ਮੈਨੂੰ ਲੱਗਦਾ ਕਿ ਮੈਂ ਆਪਣੇ ਪਿੰਡ ਦੇ ਵਿੱਚ ਸ਼ਾਇਦ ਇੱਕ ਪਹਿਲੀ ਲੜਕੀ ਸੀਗੀ ਜਿਹਨੇ 21 ਸਾਲ ਦੀ ਏਜ ਦੇ ਵਿੱਚ ਹੀ ਉਮਰ ਉਮਰ ਦੇ ਵਿੱਚ ਹੀ ਮੈਂ ਨੌਕ ਜੋਬ ਕਰਨੀ ਸ਼ੁਰੂ ਕਰ ਦਿੱਤੀ। ਕਿਆ ਬਾਤ। ਉਦੋਂ ਵੀ ਮੇਰੇ ਪਿੰਡ ਦੇ ਲੋਕ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਹੁੰਦੇ ਸੀ ਵੀ ਮਾਸਟਰ ਜੀ ਤੁਸੀਂ ਆਪਣੀ ਧੀ ਦੀ ਕਮਾਈ ਖਾਂਦੇ ਆ। ਅੱਛਾ। ਹੂੰ ਵੀ ਤੁਸੀਂ ਆਪ ਵੀ ਟੀਚਰ ਹੋ ਤੁਹਾਡੇ ਵਾਈਫ ਵੀ ਤੁਹਾਡੀ ਟੀਚਰ ਹੈ। ਜੱਟ ਜ਼ਮੀਨ ਤੁਹਾਡੇ ਜੱਟ ਦੇ ਤੁਸੀਂ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਤੁਹਾਡੀਆਂ ਤਾਂ ਪਹਿਲੀਆਂ ਤੁਸੀਂ ਕੁੜੀ ਨੂੰ ਕਿਹੜੇ ਪਾਸੇ ਲਾਇਆ। ਹੂੰ ਉਹ ਕਹਿੰਦੇ ਜੋ ਉਹਦੀ ਚੁਆਇਸ ਹੈ। ਹੂੰ ਉਹ ਪੜ੍ਹੀ ਲਿਖੀ ਹੈ। ਉਹ ਤਾਂ ਦਿਮਾਗ ਕੰਮ ਕਰਦਾ। ਉਹਨੂੰ ਪਤਾ ਮੈਂ ਕੀ ਕਰਨਾ ਹਾਲਾਂਕਿ ਮਤਲਬ ਮੈਂ ਮੈਨੂੰ 20 22 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੰਮ ਕਰਦੇ ਆ ਤੇ ਅੱਜ ਵੀ ਕੋਈ ਪਿੰਡ 'ਚ ਪੁੱਛੇ ਕਿ ਤੇ ਤੁਹਾਡੀ ਬੇਟੀ ਕੰਮ ਕੀ ਕਰਦੀ ਐ ਤਾਂ ਮੈਨੂੰ ਕਹਿੰਦੇ ਉਹ ਉਹੀ ਜਾਣਦੀ ਉਹ ਕੀ ਕੰਮ ਕਰਦੀ ਐ ਉਹ ਮੈਨੂੰ ਇੰਨਾ ਪਤਾ ਕਿ ਰੇਡੀਓ ਟੀਵੀ ਦੇ ਨਾਲ ਸੰਬੰਧ ਦਾ ਕੋਈ ਇਵੈਂਟ ਮੈਨੇਜਮੈਂਟ ਦਾ ਕੰਮ ਆ ਪਰ ਪਰਿਭਾਸ਼ਾ ਮੈਨੂੰ ਵੀ ਨਹੀਂ ਪੂਰੀ ਆਉਂਦੀ ਹੈ ਨਾ ਜੀ ਸੋ ਤੁਹਾਡਾ ਕੰਮ ਜਿਹੜਾ ਇਦਾਂ ਦਾ ਹੋਵੇ ਕਿ ਤੁਹਾਨੂੰ ਲੋਕਾਂ ਦੇ ਵਿੱਚ ਇਹ ਇਹ ਮਿਆਰ ਖਤਮ ਕਰ ਦਿਓ ਕਿ ਮੈਂ ਕੁੜੀਆਂ ਜਾਂ ਮੈਂ ਮੁੰਡਾ ਆ ਹੂੰ ਮੈ ਕੰਮ ਕਰਨਾ ਹੈ ਬਿਲਕੁਲ ਸਹੀ ਕੰਮ ਕਰਨਾ ਆਤਮ ਨਿਰਭਰ ਹੋਣ ਦੇ ਲਈ ਜੀ ਕੰਮ ਕਿਸੇ ਤੇ ਰੋਹ ਮਾਰਨ ਲਈ ਨਹੀਂ ਕਰਨਾ ਟੌਰ ਬਣਾਉਣ ਲਈ ਨਹੀਂ ਕਰਨਾ ਕਿਸ ਨੂੰ ਦਬਾਉਣ ਲਈ ਨਹੀਂ ਕਰਨਾ ਕੀ ਬਾਤ ਹੈ ਬਹੁਤ ਖੂਬ ਨਵਜੋਤ ਜੇ ਮੈਂ ਤੁਹਾਨੂੰ ਜਿੰਨਾ ਕਿ ਜਾਣਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਸਮਾਂ ਵੀ ਆਇਆ ਜਦੋਂ ਤੁਸੀਂ ਬਿਲਕੁਕੁਲ ਇਕੱਲੇ ਪੈ ਗਏ ਉਹ ਦੁਖਦਾਈ ਸਮਾਂ ਅਸੀਂ ਸਾਰਿਆਂ ਨੇ ਉਹ ਦੇਖਿਆ ਜਿੱਦੀ ਜਿੱਦੀ ਕਦੀ ਅਸੀਂ ਤਵਕਕੋ ਵੀ ਨਹੀਂ ਸੀ ਕੀਤੀ ਜੀ ਉਸ ਵੇਲੇ ਨਵਜੋਤ ਬਿਲਕੁਲ ਇਕੱਲੀ ਪੈ ਗਈ ਉਸ ਵੇਲੇ ਕੀ ਲੱਗਾ ਕਿ ਆਤਮ ਨਿਰਭਰ ਹੋਣਾ ਮੇਰਾ ਉਹ ਡਿਸੀਜਨ ਲੈਣਾ ਪੜਨ ਦਾ ਨੌਕਰੀ ਕਰਨ ਦਾ ਕਿੰਨਾ ਕਲਾਸਮਿਕ ਸੀ ਉਦੋਂ ਅਸਲ ਦੇ ਵਿੱਚ ਰੀਮਾ ਜੀ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਜਿੰਨੇ ਆਪਣੇ ਮਾਪਿਆਂ ਦੇ ਨਾਲ ਪੈਰ ਤੋਂ ਤੋਂ ਪੀ ਸਕਦੀ ਮੈਂ ਪੀਵਾ ਕਿਉਂਕਿ ਸ਼ਾਇਦ ਜੇ ਉਹ ਚੀਜ਼ ਮੇਰੇ ਮਾਪਿਆਂ ਨੇ ਮੇਰੇ ਜਣਾ ਜਣਾ ਪਾਈ ਹੁੰਦੀ ਮੈਨੂੰ ਜੋ ਤੂੰ ਇੰਡੀਪੈਂਡੈਂਟ ਹੋਣਾ ਹੈ ਕਿਉਂਕਿ ਹਾਦਸਾ ਤਾਂ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਸਾਨੂੰ ਇਹਦੇ ਲਈ ਦਿਮਾਗੀ ਤੌਰ ਤੇ ਤਿਆਰ ਰਹਿਣਾ ਚਾਹੀਦਾ ਹਾਦਸਾ ਮੈਨੂੰ ਲੱਗਦਾ ਚੀਜ਼ ਉਦੋਂ ਵੀ ਤੁਹਾਡੇ ਲਈ ਜਿਆਦਾ ਇੱਕ ਸਰਾਪ ਬਣ ਜਾਂਦੀ ਹੈ ਜਦੋਂ ਤੁਹਾਡੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਨਾ ਉਹ ਤੁਹਾਡੇ ਖਿਲਾਫ ਖੜੇ ਹੋ ਜਾਂਦੇ ਚਰੁੰਡਾਂ ਦੇ ਲਈ ਤੁਹਾਨੂੰ ਤਿਆਰ ਬੈਠੇ ਇਹ ਔਰਤ ਨੂੰ ਇੱਕ ਦਿਮਾਗੀ ਤੌਰ ਤੇ ਤਿਆਰ ਹੋ ਕੇ ਚੱਲਣਾ ਚਾਹੀਦਾ ਕਿ ਮਾਪਿਆਂ ਨੂੰ ਵੀ ਕਿ ਜਦੋਂ ਤੁਸੀਂ ਬੱਚਿਆਂ ਨੂੰ ਪੜਾ ਲਿਆ ਨਾ ਉਹਨੂੰ ਇਕੱਲਾ ਪੜਨ ਦੇ ਲਈ ਤਿਆਰ ਕਰਕੇ ਨਾ ਭੇਜੋ ਉਹਨੂੰ ਇਹ ਦੱਸੋ ਵੀ ਬੇਟਾ ਤੂੰ ਜ਼ਿੰਦਗੀ 'ਚ ਤੈਨੂੰ ਕਿਸੇ ਵੀ ਟਾਈਮ ਕਦੇ ਇਦਾਂ ਦਾ ਜਿਹਨੂੰ ਸਕੇ ਨਾ ਤੁਹਾਡੀ ਜ਼ਿੰਦਗੀ 'ਚ ਇੱਕ ਸੁਨਾਮੀ ਆ ਗਈ ਉਹ ਆ ਸਕਦੀ ਆ ਬਿਲਕੁਲ ਉਦੋਂ ਤੁਹਾਨੂੰ ਜਿਹੜੀ ਚੀਜ਼ ਨੇ ਬਚਾਉਣਾ ਉਹ ਇਸ ਚੀਜ਼ ਨੇ ਬਚਾਉਣਾ ਵੀ ਤੁਸੀਂ ਇੰਡੀਪੈਂਡੈਂਟ ਕਿੰਨੇ ਆ ਹਮ ਮੇਰੇ ਮੂਰੇ ਜਿਹੜੀ ਆਫਰ ਹੋਈ ਸੀਗੀ ਜਿਹੜੇ ਬਾਰੇ ਤੁਸੀਂ ਸ਼ਾਇਦ ਇਸ਼ਾਰੇ 'ਚ ਗੱਲ ਕੀਤੀ ਮੈਂ ਸਿੱਧੀ ਗੱਲ ਹੀ ਕਹੂੰਗੀ ਕਿ ਜਦੋਂ ਮੈਨੂੰ ਮੇਰੇ ਸਹੁਰਾ ਨੇ ਆਫਰ ਕਰ ਦਿੱਤੀ ਸੀ ਸਿੱਧੀ ਕਿ ਤੂੰ ਨੌਕਰੀ ਛੱਡ ਦੇ ਆਪਣਾ ਕੰਮ ਛੱਡ ਆਪਣਾ ਘਰ ਵੇਚ ਜਲੰਧਰ ਵਾਲਾ ਤੇ ਤੈਨੂੰ ਸਾਡੇ ਕੋਲ ਹੀ ਰਹਿਣਾ ਪਏਗਾ ਕਿਉਂਕਿ ਤੀਸਰੇ ਹੀ ਦਿਨ ਫੋਲ ਚੁਗਣਦ ਵਾਲੇ ਦਿਨ ਹੀ ਮੈਨੂੰ ਕਹਿ ਦਿੱਤਾ ਗਿਆ ਸੀਗਾ ਵੀ ਤੂੰ ਜਾਂ ਤਾਂ ਆਪਣੇ ਮਾਪਿਆਂ ਨੂੰ ਚੁਣੂਗੀ ਤੇ ਜਾਂ ਤੂੰ ਸਾਨੂੰ ਚੁਣੂਗੀ ਯਾਨੀ ਤੁਹਾਡੇ ਪਤੀ ਦੀ ਮੌਤ ਤੋਂ ਬਾਅਦ ਜੀ ਉਹ ਚੀਜ਼ ਸ਼ਾਇਦ ਮੇਰੇ ਲਈ ਇਦਾਂ ਦੀ ਸੀਗੀ ਕਿ ਮੈਂ ਉਹਨੂੰ ਇੱਕੋ ਗੱਲ ਕਹੀ ਮੈਂ ਕਿਹਾ ਜੀ ਮੈਂ ਪਹਿਲਾਂ ਵੀ ਆਪਣਾ ਕੰਮ ਆਪ ਕਰਦੀ ਸੀ ਮੈਂ ਪਹਿਲਾਂ ਵੀ ਰੋਟੀ ਪਾਣੀ ਆਪ ਹੀ ਕਮਾ ਕੇ ਖਾਂਦੀ ਸੀ ਆਪਣੇ ਬੱਚਿਆਂ ਨੂੰ ਆਪ ਖਵਾਉਂਦੀ ਸੀ ਮੈਂ ਕਿਸੇ ਦੇ ਵੀ ਨਿਰਭਰ ਨਹੀਂ ਸੀਗੀ ਤੇ ਮੈਂ ਅੱਜ ਵੀ ਉਦਾਂ ਹੀ ਜਿਉਣਾ ਚਾਹੁੰਦੀ ਆ ਜੇ ਤੁਸੀਂ ਮੇਰੇ ਨਾਲ ਕੋਈ ਤਾਲੁਕਤ ਰੱਖਣਾ ਚਾਹੁੰਦੇ ਆ ਤਾਂ ਉਹ ਤੁਹਾਡੀ ਆਪਣੀ ਖੁਸ਼ੀ ਆ ਪਰ ਮੈਂ ਕਿਸੇ ਰਿਸ਼ਤੇ ਨੂੰ ਛੱਡਣ ਲਈ ਕਿਉਂ ਕਿਉਂ ਮਾਂ ਪਿਓ ਨੂੰ ਛੱਡਣ ਲਈ ਕਿ ਆ ਗਿਆ ਕਿਉਂਕਿ ਆਮ ਤੌਰ ਤੇ ਸੀ ਦੇਖਦੇ ਆ ਮੈਂ ਮਾਫ ਕਰਨਾ ਤੁਹਾਨੂੰ ਵਿੱਚੇ ਹੀ ਟੋਕ ਰਹੀ ਆ ਆਮ ਤੌਰ ਤੇ ਜਦੋਂ ਕੋਈ ਕੁੜੀ ਵਿਆਹ ਕੇ ਸੋਹਰੇ ਪਰਿਵਾਰ ਦੇ ਵਿੱਚ ਜਾਂਦੀ ਹੈ ਤੇ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਆ ਜਾਂਦੀ ਹੈ ਕਿ ਉਹਨੂੰ ਆਪ ਕਮਾਉਣਾ ਪੈਂਦਾ ਕਮਾ ਕੇ ਹਨਾ ਖਵਾਉਣਾ ਪੈਂਦਾ ਬੱਚਿਆਂ ਨੂੰ ਪਾਲਣਾ ਪੈਂਦਾ ਸੋ ਇਹੋ ਜੀ ਸਿਚੁਏਸ਼ਨ ਜਾਂ ਕਦੇ ਰੱਬ ਨਾ ਕਰੇ ਪਤੀ ਨੂੰ ਕੋਈ ਬਿਮਾਰੀ ਹੋ ਗਈ ਆ ਜਾਂ ਪਤੀ ਦਾ ਇੰਤਕਾਲ ਹੋ ਗਿਆ ਪਤੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਇਕੱਲਿਆਂ ਨੂੰ ਸਾਰਾ ਪਰਿਵਾਰ ਦੇਖਣਾ ਪੈਂਦਾ ਸੋ ਉਸ ਵੇਲੇ ਇਹੋ ਜੀ ਸਿਚੁਏਸ਼ਨ ਦੇਣਾ ਔਰ ਉਸ ਤੋਂ ਬਾਅਦ ਬਹੁਤ ਕੁਝ ਹੋਰ ਵੀ ਉਹਨਾਂ ਨੇ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸਿਰਫ ਇੱਥੇ ਹੀ ਬਸ ਨਹੀਂ ਉਹ ਚੀਜ਼ ਫਿਰ ਤੁਹਾਨੂੰ ਜ਼ਿੰਦਗੀ 'ਚ ਉਹੀ ਫਿਰ ਅਗੇਨ ਬਾਰ-ਬਾਰ ਆਸਰਾ ਬਣ ਕੇ ਰਿਮ ਜਿਹੜੀ ਚੀਜ਼ ਆਉਂਦੀ ਨਾ ਉਹ ਤੁਹਾਡੀ ਸਿੱਖਿਆ ਆਉਂਦੀ ਆ ਜੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਕੋਰਟ ਕਚਹਿਰੀਆਂ ਤੱਕ ਜਾਣਾ ਪੈਣਾ ਮੈਨੂੰ ਇੱਥੋਂ ਤੱਕ ਜਾ ਕੇ ਰੋਜ਼ ਲੜਾਈ ਕਰਨੀ ਪੈਣੀ ਆ ਕਦੀ ਪੁਲਿਸ ਦੇ ਚੱਕਰ ਲਗਾ ਲੋ ਕਦੀ ਕੋਰਟ ਕਚਹਿਰੀਆਂ 'ਚ ਚਲੇ ਜਾ ਉਹ ਉਹ ਬਿਨਾਂ ਜਾਣਕਾਰੀ ਤੇ ਬਿਨਾਂ ਹੌਸਲੇ ਤੋਂ ਨਹੀਂ ਹੋ ਸਕਦੀ ਆ ਆਤਮ ਨਿਰਭਰਤਾ ਤੋਂ ਬਿਨਾਂ ਤਾਂ ਬਿਲਕੁਲ ਵੀ ਨਹੀਂ ਜੇ ਤੁਸੀਂ ਇਹ ਕਹੋਗੇ ਤਾਂ ਸਮਾਜ ਦੇ ਵਿੱਚ ਹਰ ਤੀਜਾ ਬੰਦਾ ਤੁਹਾਨੂੰ ਚਰੁੰਡਰ ਲਈ ਤਿਆਰ ਖੜਾ ਬਿਲਕੁਲ ਸਹੀ ਸਮਾਜ ਦੇ ਵਿੱਚ ਹਰ ਤੀਜਾ ਬੰਦਾ ਤੁਹਾਨੂੰ ਟੁੱਟੇ ਦੇਖਣ ਲਈ ਤਿਆਰ ਖੜਾ ਉਹ ਕਹਿੰਦਾ ਵੀ ਇਹ ਆ ਕੇ ਰੋਵੇ ਇਹ ਆ ਕੇ ਇੱਥੇ ਪਛਤਾਵਾ ਕਰੇ ਇਹ ਆ ਕੇ ਆਪਣਾ ਸਰੈਂਡਰ ਕਰੇ ਤੇ ਅਸੀਂ ਕਹੀਏ ਵੀ ਅਸੀਂ ਇਹਨੂੰ ਆਸਰਾ ਦਿੱਤਾ ਯਾ ਅਸੀਂ ਕਹਲਾ ਚੁੱਕੀ ਹੈ ਹਾਂ ਕਿਉਂਕਿ ਕੱਲੀ ਹੈ ਹਾਂ ਫਾਇਦਾ ਚੁੱਕਣ ਵਾਲੀ ਤਾਂ ਗਿਣਤੀ ਅਣਗਿਣਤ ਹੈ ਹੂੰ ਫਾਇਦਾ ਚੁੱਕਣ ਵਾਲੀ ਗਿਣਤੀ ਵਿਦ 듀 ਰਿਸਪੈਕਟ ਟੂ ਆਲ men ਪਰ ਬਹੁਤ ਗਿਣਤੀ ਹੈ ਜਿਹੜੀ ਇਹ ਚਾਹੁੰਦੀ ਹੈ ਵੀ ਇਹ ਅੱਜ ਨੀਵੀ ਹੋਵੇ ਤੇ ਅਸੀਂ ਇਹਦੇ ਤੇ ਹਵੀ ਹੋਈਏ ਪਰ ਉਥੇ ਔਰਤ ਜਿਹੜੀ ਹੈ ਉਹ ਇੰਨੀ ਸਮਰੱਥ ਹੋਣੀ ਚਾਹੀਦੀ ਉਹਦੇ ਸੰਸਕਾਰ ਉਹਦਾ ਆਪਣਾ ਦਿਮਾਗ ਇੰਨਾ ਚੁਸਤ ਦਰਸਤ ਮਿਲਦਾ ਹੋਣਾ ਚਾਹੀਦਾ ਕਿ ਉਹਦੇ ਕੋਲ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਹਸਬੰਡ ਸਹੁਰੇ ਰਿਸ਼ਤੇਦਾਰੀਆਂ ਨਿਭਾਉਣ ਦੀ ਸਮਰੱਥਾ ਨਹੀਂ ਹੈਗੀ ਉਹ ਉਤੋਂ ਕਿਤੇ ਅੱਗੇ ਦੀ ਸਮਰੱਥਾ ਰੱਖਦੀ ਹੈ ਜੀ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ 10 ਜੁਲਾਈ ਨੂੰ ਭੋਗ ਸੀਗਾ ਤੇ ਮੈਂ 11 ਜੁਲਾਈ ਤੋਂ ਆਪਣੀ ਵਰਕਿੰਗ ਸਟਾਰਟ ਕਰ ਦਿੱਤੀ ਸੀਗੀ ਕਿਉਂਕਿ ਮੇਰੇ ਜਿਹੜੇ EMPLOYEES ਸੀਗੇ ਕੰਪਨੀ 'ਚ ਕੰਮ ਕਰਦੇ ਉਹਨਾਂ ਦੀਆਂ ਤਨਖਾਹਾਂ ਖੜ ਗਈਆਂ ਹੂੰ ਜਿਹੜੇ ਕਰਜ਼ੇ ਸੀਗੇ ਘਰ ਦੇ ਉੱਤੇ ਉਦੋਂ ਪਉਣੇ 10 ਲੱਖ ਦਾ ਕਰਜ਼ਾ ਸੀਗਾ ਤਕਰੀਬਨ ਜਿਨ੍ਹਾਂ ਦੇ ਨਾਲ ਅਸੀਂ ਡੀਲ ਕਰਦੇ ਸੀਗੇ ਉਹਨਾਂ ਦੀਆਂ ਪੇਮੈਂਟਾਂ ਸਭ ਦੀਆਂ ਖੜ ਗਈਆਂ ਬੈਂਕਾਂ ਤੋਂ ਕਾਲਜ਼ ਆਉਣੇ ਸ਼ੁਰੂ ਹੋ ਗਈਆਂ ਕਿਉਂਕਿ ਪੰਜ ਲੋਨ ਅਕਾਊਂਟ ਚੱਲਦੇ ਕਿਉਂਕਿ ਇਨਸਾਨ ਚਲਾ ਜਾਂਦਾ ਪਰ ਜਿਹੜੀਆਂ ਸ਼ੁਰੂ ਹੋਈਆਂ ਚੀਜ਼ਾਂ ਨੇ ਉਹ ਨਹੀਂ ਰੁਕਦੀਆਂ ਔਰ ਸਭ ਤੋਂ ਉੱਪਰਲੀ ਗੱਲ ਜਿਹੜੀ ਜਿੱਥੇ ਅਸੀਂ ਆਪਾਂ ਅੱਜਕੱਲ ਗੱਲ ਵੀ ਕਰਦੇ ਨੇ ਕਿ ਕਲਜੋਗ ਆ ਗਿਆ ਇਨਸਾਨੀਅਤ ਖਤਮ ਹੋ ਗਈ ਉਹ ਇਹ ਹੈ ਕਿ ਜਦੋਂ ਜੇ ਤੁਸੀਂ ਕਿਸੇ ਦੇ 5 ਰੁਪਏ ਵੀ ਦੇਣੇ ਤਾਂ ਉਹ 50 ਰੁਪਏ ਕਰਕੇ ਵਾਪਸ ਲਾਉਣ ਲੈਣ ਆਉਂਦਾ ਵੀ ਸਾਡੇ ਤੁਸੀਂ ਇੰਨੇ ਪੈਸੇ ਦੇਣੇ ਸੀ ਇਹ ਹੁੰਦਾ ਹੈ ਜਦੋਂ ਤੁਹਾਡੇ ਕਿਸੇ ਘਰ ਦੇ ਵਿੱਚ ਕਿਸੇ ਦੀ ਮੈਨੂੰ ਖ ਦਹੀਂ ਹੋਇਆ ਸੀ ਜਿਹੜੇ ਲੈਣ ਵਾਲੇ ਸੀ 10 ਰੁਪਏ ਵੀ ਸੀ ਉਹਨਾਂ ਨੇ 10 ਲੱਖ ਬਣਾ ਦਿੱਤੇ ਹਾਂ ਜੀ ਆਏ ਬਹੁਤ ਲੋਕ ਆਏ ਜਿਨ੍ਹਾਂ ਨੇ ਗੱਲ ਕਹੀ ਕਿ ਸਾਡੇ ਇੰਨੇ ਪੈਸੇ ਦੇਣ ਵਾਲੇ ਸੀਗੇ ਤੇ ਜਿਨ੍ਹਾਂ ਤੋਂ ਅਸੀਂ ਲੈਣੇ ਮੁੱਕਰ ਗਏ ਉਹ ਕੋਈ ਲੋਕ ਸਾਹਮਣੇ ਨਹੀਂ ਆਏ ਔਰ ਉਸ ਤੋਂ ਵੀ ਵੱਡੀ ਗੱਲ ਕਿ ਲੋਕਾਂ ਨੂੰ ਕਦੀ ਵੀ ਕਿਸੇ ਨੇ ਆ ਕੇ ਮਤਲਬ ਉਹ ਡੇਢ ਪੌਣੇ 2 ਸਾਲ ਦੇ ਇਸ ਵਕਫੇ ਦੇ ਵਿੱਚ ਕਦੀ ਵੀ ਕਿਸੇ ਨੇ ਆ ਕੇ ਇਹ ਨਹੀਂ ਪੁੱਛਿਆ ਕਿ ਹਾਂਜੀ ਵੀ ਬੱਚਿਆਂ ਦਾ ਕੀ ਹਾਲ ਹੈ ਤੇ ਜਦੋਂ ਤੁਹਾਨੂੰ ਇਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਤੁਸੀਂ ਇੱਕੋ ਹੀ ਚੀਜ਼ ਆ ਜਿਹਦੇ ਫਿਰ ਇੱਕ ਜਾਂ ਦੋ ਚੀਜ਼ਾਂ ਜਿਹਦੇ ਥੈਂਕਫੁਲ ਹੁੰਨੇ ਆ ਇੱਕ ਤੁਸੀਂ ਆਪਣੇ ਮਾਪਿਆਂ ਦੇ ਕਿ ਜਿਨ੍ਹਾਂ ਨੇ ਸਾਨੂੰ ਅਜ ਇੰਨੀ ਹਿੰਮਤ ਦੇ ਕੇ ਮੈਨੂੰ ਇਹਦੇ ਕਾਬਲ ਬਣਾਈ ਰੱਖਿਆ ਕਿ ਮੈਂ ਆਪਣੇ ਬੱਚਿਆਂ ਨੂੰ ਰੋਟੀ ਖ ਹੂੰ ਦੂਜਾ ਤੁਸੀਂ ਉਸ ਪਰਮਾਤਮਾ ਦੇ ਜਿਹਨੇ ਕਦੇ ਟੁੱਟਣ ਨਹੀਂ ਦਿੱਤਾ ਜੀ ਹੌਸਲਾ ਬਣਾਈ ਰੱਖੋ ਦੋ ਚੀਜ਼ਾਂ ਦਾ ਤੁਸੀਂ ਆਸਰਾ ਰੱਖੋ ਜ਼ਿੰਦਗੀ 'ਚ ਤੀਜੀ ਕੋਈ ਰਿਮਜੇ ਚੀਜ਼ ਨਹੀਂ ਇਦਾਂ ਦੀ ਜਿਹੜੀ ਕਦੇ ਵੀ ਤੁਹਾਨੂੰ ਜ਼ਿੰਦਗੀ 'ਚ ਸਪੋਰਟ ਕਰੂਗੀ ਜੀ ਕਿਉਂਕਿ ਜਦੋਂ ਤੁਸੀਂ ਟੁੱਟਦੇ ਆ ਨਾ ਉਦੋਂ ਤੁਹਾਨੂੰ ਕੋਈ ਚੱਕਣ ਵਾਲਾ ਅੱਗੇ ਨਹੀਂ ਆਉਂਦਾ ਤੁਹਾਨੂੰ ਉੱਪਰੋਂ ਨੱਪਣ ਵਾਲੇ ਆਉਂਦੇ ਆ ਵੀ ਇਹ ਨੀਵੀ ਹੋ ਗਈ ਆ ਇਹਦੀ ਥੌਂਡ ਨਿਜਮੀ ਹੋਈ ਆ ਇਹਨੂੰ ਹੋਰ ਨੱਪੋ ਉੱਪਰ ਦੀ ਜਦੋਂ ਤੁਸੀਂ ਖੜੇ ਹੁੰਨੇ ਆ ਫਿਰ ਸਾਰੇ ਭੱਜ ਜਾਂਦੇ ਆ ਵੀ ਹੁਣੇ ਦਿਵਾਲੀ ਹੋਊਗੀ ਸਾਡੇ ਜੀ ਸੋ ਉਹ ਉਹ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਆਪਣੀਆਂ ਧੀਆਂ ਦੀ ਹੁਣ ਵੀ ਜਿਹੜੀ ਅੱਜ ਪਰਵਰਿਸ਼ ਕਰ ਰਹੇ ਨਾ ਅੱਜ ਦੇ ਟਾਈਮ 'ਚ ਅਸੀਂ ਕਹਿੰਦੇ ਆ ਕਿ ਅਸੀਂ ਕੁੜੀਆਂ ਨੂੰ ਨਹੀਂ ਮਾਰ ਰਹੇ ਅਸੀਂ ਜਨਮ ਦੇਣ ਦਾ ਮੌਕਾ ਦੇ ਰਹੇ ਅਸੀਂ ਮੁੰਡਿਆਂ ਦੇ ਬਰਾਬਰ ਮੌਕੇ ਦਿੱਤੇ ਪਰ ਮੈਨੂੰ ਲੱਗਦਾ ਅੱਧੇ ਤੋਂ ਜ਼ਿਆਦਾ ਸਾਡੇ ਮਾਪੇ ਝੂਠ ਬੋਲਦੇ ਆ ਹੂੰ ਤੁਸੀਂ ਅੱਜ ਵੀ ਸਕੂਲਾਂ ਕਾਲਜਾਂ 'ਚ ਇੱਕ ਸਰਵੇ ਕਰਵਾ ਲਓ ਉੱਥੇ ਬੱਚੀਆਂ ਨਾਲ ਗੱਲ ਕਰ ਲਓ ਸਾਡੀਆਂ ਕੁੜੀਆਂ ਅੱਖ ਚੱਕ ਮਿਲਾ ਕੇ ਗੱਲ ਨਹੀਂ ਕਰ ਸਕਦੀਆਂ ਹੂੰ ਜੇ 50 ਕੁੜੀਆਂ 50 ਦੇ ਵਿੱਚੋਂ ਦੋ ਕੁੜੀਆਂ ਆ ਜਿਹੜੀਆਂ ਦਾ ਰੋਖ ਰਵਈਆ ਅਲੱਗ ਆ ਸਿਰਫ ਉਹ ਕੁੜੀਆਂ ਜਿਨ੍ਹਾਂ ਚ ਹੌਸਲਾ ਦਿਖਦਾ ਮੈਂ ਨਾ ਨਵਜੋਤ ਮੈਂ ਬਹੁਤ متاثر ਹੁਣੀ ਆ ਤੁਹਾਡੇ ਤੋਂ ਕਿਉਂਕਿ ਜੋ ਚੀਜ਼ਾਂ ਤੁਸੀਂ ਹੰਡਾਈਆਂ ਉਹ ਅਸੀਂ ਦੇਖੀਆਂ ਕਿਉਂਕਿ ਤੁਹਾਡੇ ਸਰਕਲ ਚ ਹੋਣ ਕਰਕੇ ਇਹ ਤਾਂ ਮੈਂ ਆਪ ਵੀ ਇਹ ਚੀਜ਼ਾਂ ਮਹਿਸੂਸ ਕੀਤੀਆਂ ਔਰ ਮੈਂ ਬੜੀ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ ਔਰ ਮੈਂ ਤੁਹਾਨੂੰ ਯਾਦ ਹੋਏਗਾ ਮੈਂ ਤੁਹਾਨੂੰ ਇੱਕੋ ਗੱਲ ਕਹੀ ਸੀ ਨਵਜੋਤ ਤੂੰ ਬੰਦਾ ਆ ਹਣਾ ਤੂੰ ਬੰਦਿਆਂ ਤੋਂ ਘਟ ਨਹੀਂ ਓਏ ਆਪਣੇ ਆਪ ਨੂੰ ਬੰਦਾ ਬਣਾ ਕੇ ਰੱਖਣਾ ਇੰਨੇ ਇੰਨੇ ਬੰਦਿਆਂ ਦੇ ਵਿੱਚ ਵਿਚਰਨਾ ਤੁਹਾਡੀ ਕਲਾਇੰਟਸ ਨਾਲ ਡੀਲਿੰਗ ਪੂਰਾ ਇੱਕ ਇਵੈਂਟ ਵਿਆਵਰਗਾ ਸਮਾਗਮ ਹੁੰਦਾ ਉਹਨੂੰ ਆਪ ਹੈਂਡਲ ਕਰਨਾ ਨਵਜੋਤ ਕਿੰਨੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਹੋਣਗੀਆਂ ਹਣਾ ਕੀ ਕੁਝ ਹੰਡਾਉਂਦੇ ਹੋ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਇੱਕ ਪਾਸੇ ਅੰਦਰੋਂ ਦੁੱਖ ਵੀ ਆ ਟੁੱਟੇ ਵੀ ਆ ਫਿਰ ਵੀ ਕਹਿ ਲੋ ਵੀ ਇੱਕ ਅਣਬੰਡ ਠਣ ਕੇ ਬੜਾ ਤਗੜੇ ਹੋ ਕੇ ਨਿਕਲਦੇ ਆ। ਇੱਕੋ ਇੱਕੋ ਚੀਜ਼ ਰਿਮਾ ਜੀ ਸਭ ਤੋਂ ਵਧੀਆ ਹੁੰਦੀ ਕਿ ਜਦੋਂ ਤੁਸੀਂ ਘਰੋਂ ਤੁਰਨਾ ਹੈ ਨਾ ਜਦੋਂ ਤੁਸੀਂ ਗੱਡੀ ਦਾ ਗੇਅਰ ਪਾ ਲਿਆ ਘਰ ਤੋਂ ਹੂੰ ਉਦੋਂ ਇਹ ਸੋਚ ਕੇ ਤੁਰਨਾ ਵੀ ਜੋ ਕੁਛ ਹੈਗਾ ਘਰ ਦੇ ਅੰਦਰ ਆ ਚਾਰਦੁਵਾਰੀ ਦੇ ਅੰਦਰ ਜੋ ਇਮੋਸ਼ਨਸ ਜੋ ਜੋ ਦੁੱਖ ਤਕਲੀਫ ਜੋ ਇਮੋਸ਼ਨਸ ਜੋ ਪਰੇਸ਼ਾਨੀਆਂ ਜੋ ਗਵਾਚ ਗਿਆ ਜੋ ਰਹਿ ਗਿਆ ਉਹ ਸਭ ਕੁਝ ਇਹਦੇ ਅੰਦਰ ਆ। ਇਹਦੇ ਬਾਹਰ ਇੱਕ ਦੁਨੀਆ ਵੱਖਰੀ ਆ। ਉਹ ਬਾਹਰ ਇੱਕ ਇਦਾਂ ਦੀ ਦੁਨੀਆ ਹੈ ਜਿਹੜੀ ਗੰਦਗੀ ਨਾਲ ਭਰੀ ਹੋਈ ਆ। ਉਹਨਾਂ ਨੂੰ ਤੁਹਾਡੇ ਇਮੋਸ਼ਨਸ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੰਦਗੀ ਹੈ ਉਹ ਵਸਨਾ ਨਾਲ ਭਰੇ ਹੋਇਆ ਉਹਨਾਂ ਨੂੰ ਤੁਸੀਂ ਇੱਕ ਫੀਮੇਲ ਆ ਤਾਂ ਉਹਨਾਂ ਨੇ ਸਿਰਫ ਤੇ ਸਿਰਫ ਅਟੈਕ ਕਰਨ ਦੀ ਕੋਸ਼ਿਸ਼ ਕਰਨੀ ਤੁਹਾਡੇ ਦੇ ਚਾਹੇ ਇਮੋਸ਼ਨਲੀ ਕਰ ਲੈਣ ਚਾਹੇ ਫਿਜ਼ੀਕਲੀ ਕਰ ਲੈਣ ਚਾਹੇ ਗੱਲਾਂ ਨਾਲ ਕਰ ਲੈਣ ਪਰ ਸਾਰੇ ਇੱਕੋ ਜਿਹੇ ਨਹੀਂ ਹਾਂ ਫਿਰ ਤੁਸੀਂ ਪਰ ਜਦੋਂ ਤੁਸੀਂ ਕੁਝ ਇਦਾਂ ਦੀਆਂ ਚੀਜ਼ਾਂ ਚੋਂ ਨਿਕਲ ਜਾਂਦੇ ਲਾਈਫ ਦੇ ਤੁਹਾਡਾ ਵਿਸ਼ਵਾਸ ਨਾ ਤਾਂ ਕਿ ਜਿਹੜਾ ਲਫ਼ਜ਼ ਹੈ ਨਾ ਉਹ ਖਤਮ ਹੋ ਜਾਂਦਾ ਲਾਈਫ ਚ ਹੁਣ ਅੱਜ ਦੀ ਡੇਟ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਮੈਨੂੰ ਕੋਈ ਆ ਕੇ ਕਵੇ ਕਿ ਤੂੰ ਮੇਰੇ ਤੇ ਵਿਸ਼ਵਾਸ ਕਰ ਤੇ ਮੇਰੇ ਲਈ ਤਾਂ ਬਹੁਤ ਔਖਾ ਮੈਂ ਤੁਹਾਨੂੰ ਕਹਿੰਨੀ ਹਾਂ ਕਿ ਅੱਜ ਤੋਂ ਬਾਅਦ ਮੈਂ ਕੁਝ ਸ਼ਾਇਦ ਇਦਾਂ ਦੀ ਇੱਕ ਪਰਸਨੈਲਿਟੀ ਜਿਹੀ ਜਾਂ ਇਦਾਂ ਦਾ ਮੇਰਾ ਸਿਸਟਮ ਹੈਗਾ ਕਿ ਮੈਂ ਹਰ ਤੀਜੇ ਬੰਦੇ ਤੇ ਵਿਸ਼ਵਾਸ ਕਰਦੀ ਸੀ ਮੈਨੂੰ ਇਦਾਂ ਲੱਗਣਾ ਵੀ ਇਹ ਬੰਦਾ ਜਿੱਦਾਂ ਦਾ ਅੰਦਰੋਂ ਹੈ ਉਦਾਂ ਦਾ ਹੀ ਬਾਹਰੋਂ ਬਾਹਰੋਂ ਪਰ ਦੁਨੀਆ ਜਲੇਬੀ ਵਰਗੀ ਗੋਲੇ ਹੈ ਪੈਟ ਤੇ ਚੁਰਾਈ ਇੰਨੇ ਵਜੇ ਹੋਏ ਨੇ ਮੈਂ ਹੁਣ ਵੀ ਘਰੋਂ ਬਾਹਰ ਜਾਂਦੀ ਆ ਮੇਰਾ ਕੰਮ ਇਦਾਂ ਦਾ ਤੁਸੀਂ ਈਵੈਂਟ ਮੈਨੇਜਮੈਂਟ ਦੀ ਗੱਲ ਕੀਤੀ ਤਾਂ ਮੇਰਾ ਕੰਮ ਇਦਾਂ ਦਾ ਕਿ ਮੈਨੂੰ ਕਈ ਵਾਰੀ ਦੋ-ਦੋ ਦਿਨ ਵੀ ਰਾਤ ਬਾਹਰ ਰਹਿਣਾ ਪੈਂਦਾ ਤੇ ਕਈ ਵਾਰੀ ਮੇਰੇ ਸਰਕਲ ਦੇ ਵਿੱਚ ਲੋਕੀ ਗੱਲ ਕਰਦੇ ਅੱਛਾ ਤੂੰ ਫਿਰ ਕਿੱਥੇ ਰੁਕਦੀ ਆ ਹੁਣ ਜਿਹੜੋ ਕਿੱਥੇ ਰੁਕਦੀ ਆ ਮੈਨੂੰ ਸਮਝ ਆਉਂਦਾ ਵੀ ਉਹ ਕੀ ਪੁੱਛ ਰਿਹਾ ਮੈਨੂੰ ਹਨਾ ਤੇ ਮੈਂ ਇੱਕੋ ਗੱਲ ਦਾ ਜਵਾਬ ਦਿੰਦੀ ਹੁੰਦੀ ਆ ਕਿ ਮੈਂ ਜਿੱਥੇ ਵੀ ਜਾਂਦੀ ਆ ਜੋ ਵੀ ਕਰਦੀ ਆ ਪਹਿਲਾਂ ਤਾਂ ਮੇਰੇ ਆਪਣੇ ਆਪ ਨੂੰ ਪਤਾ ਦੂਜਾ ਮੇਰੇ ਬੱਚਿਆਂ ਨੂੰ ਪਤਾ ਜਿਨ੍ਹਾਂ ਦੀ ਮੈਂ ਅੱਖਾਂ ਚੱਖਾਂ ਪਾਉਣੀ ਆਕੇ ਤੀਜਾ ਮੇਰੇ ਮਾਪਿਓ ਨੂੰ ਪਤਾ ਤੇ ਚੌਥਾ ਮੇ ਕਿਸੇ ਨੂੰ ਅਨਸਰੇਬਲ ਨਹੀਂ ਹੈਗੀ ਜਿਨੇ ਜੋ ਅੰਦਾਜ਼ੇ ਲਾਉਣੇ ਲਈ ਚੱਲੋ ਮੈਂ ਆਪਣਾ ਕਿਉਂਕਿ ਲੋਕਾਂ ਲਈ ਇੰਨੀ ਤਕਲੀਫ ਬਹੁਤ ਹੁੰਦੀ ਹੈ ਕਿ ਕੱਲੀ ਲੇਡੀ ਘਰ ਚਲਾਈ ਜਾਂਦੀ ਆ ਕੱਲੀ ਲੇੜੀ ਬੱਚਿਆਂ ਨੂੰ ਵੀ ਦੇਖੇ ਜਾਂਦੇ ਨੇ ਕੰਪਨੀ ਹਸਬੰਡ ਦੀ ਕੰਪਨੀ ਸੰਭੀ ਜਾ ਰਹੀ ਹੈ। ਔਰ ਕੱਲੀ ਲੇੜੀ ਹੈ ਜਿਹੜੀ 36 ਤਰੀਕੇ ਦਾ ਕੰਮ ਕਰਦੀ ਕਿਉਂਕਿ ਮੈਂ ਇਵੈਂਟ ਮੈਨੇਜਮੈਂਟ ਦਾ ਕੰਮ ਵੀ ਕਰਦੀ। ਹਮ ਮੇਰੇ ਕੋਲ ਇੱਕ ਕਨਸੈਪਟ ਹੈਗਾ ਸਕੂਲਾਂ ਨੂੰ ਲੈ ਕੇ ਪੂਰਾ ਪੰਜਾਬ ਮੈਂ ਉਹਦੇ ਲਈ ਉਹ ਵੀ ਕੰਮ ਕਰਦੀ ਕਿਉਂਕਿ ਮਨ ਜਿਹੜੇ ਆਪਣੇ ਮੇਰੇ ਪਹਿਲੇ ਕੰਮ ਸੀਗੇ ਹਮ ਹਮ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਜਲੰਧਰ ਦੂਰਦਰਸ਼ਨ ਉਹ ਵੀ ਕੰਮ ਕਰ ਰਹੀ ਹੈ। ਉਸ ਤੋਂ ਮੈਂ ਮੇਰੇ ਕੋਲ ਬਰਥਡੇ ਪਾਰਟੀਆਂ ਜਿਹੜੇ ਕੁਰੀਜ਼ ਹੁੰਦੀਆਂ ਮੈਂ ਉਹ ਵੀ ਕੰਮ ਕਰਦੀ ਮੇਰਾ ਆਪਣਾ ਹੈਲਥ ਪੋਡਕਾਸਟ ਮੈਂ ਉਹ ਵੀ ਰਨ ਕਰਦੀ ਮਤਲਬ ਮੇਰੇ ਕੋ ਜਿਹੜੀ ਸਾਡੀ ਮੇਲ ਡੋਮੀਨੇਟਿੰਗ ਸੁਸਾਇਟੀ ਹੈ ਨਾ ਉਹ ਤੋਂ ਬਰਦਾਸ਼ਤ ਨਹੀਂ ਹੁੰਦਾ ਉਹ ਕਿਤੇ ਨਾ ਕਿਤੇ ਫਿਰ ਮੈਨੂੰ ਆਫਰ ਕਰਦੇ ਆ ਕਿ ਨਵਜੋਤ ਤੂੰ ਥੱਕ ਜਾਂਦੀ ਹੋਊਂਗੀ ਤੈਨੂੰ ਕਿਤੇ ਸਾਡੀ ਲੋੜ ਆ ਸਾਨੂੰ ਦੱਸਿਆ ਕਰ ਮੈਨੂੰ ਕਿਸੇ ਦੀ ਲੋੜ ਨਹੀਂ ਆ ਜੇ ਕੋਈ ਇਮਾਨਦਾਰੀ ਨਾਲ ਮੇਨਾਂ ਜੁੜਿਆ ਆ ਤੂੰ ਜੁੜਿਆ ਰਵੇ ਆਪਣੇ ਆਪ ਹੌਲੀ ਹੌਲੀ ਤੁਹਾਡਾ ਚਿਹਰਾ ਸਾਹਮਣੇ ਆ ਜਾਂਦਾ ਪਰ ਤੁਸੀਂ ਉਹਨੂੰ ਕੰਮ ਦੱਸ ਦਿੰਦੇ ਹੋ ਪਰ ਜਿਹੜਾ ਤੁਹਾਨੂੰ ਚੱਲ ਕੇ ਅੱਗੇ ਪੁੱਛਦਾ ਮੇਲ ਖਾਸ ਕਰਕੇ ਕਿ ਹਾਂ ਵੀ ਜੇ ਕੋਈ ਲੋੜ ਆ ਤਾਂ ਸਾਨੂੰ ਦੱਸੀ ਪਰ ਜਿਹਨੇ ਮੈਂ ਇੱਕ ਗੱਲ 'ਚ ਸਟਰੋਂਗਲੀ ਬਲੀਵ ਕਰਦੀ ਆ ਰਿਮਾਂਜੀ ਜਿੰਨੇ ਹੈਲਪ ਕਰਨੀ ਹੁੰਦੀ ਨਾ ਉਹ ਪੁੱਛਦਾ ਨਹੀਂ ਬਾਰ-ਬਾਰ ਹੂੰ ਉਹ ਅੱਗੇ ਆ ਕੇ ਆਫਰ ਕਰਦਾ ਹੂੰ ਕਿ ਮੈਂ ਇਸ ਤਰ੍ਹਾਂ ਖੜਾ ਜਾਂ ਖੜੀ ਆ ਆ ਮੈਂ ਤੇਨੂੰ ਸਪੋਰਟ ਕਰ ਸਕਦੀ ਆ ਜਾਂ ਕਰ ਸਕਦਾ ਦੱਸ ਮੇਰੀ ਕਿੱਥੇ ਲੋੜ ਆ ਆਪਾਂ ਇੰਨੇ ਵੀ ਨੈਗੇਟਿਵ ਨਾ ਹੋਈਏ ਕਿਉਂਕਿ ਨੋ ਡਾਊਟ ਤੁਹਾਡੇ ਫਾਦਰ ਸਾਹਿਬ ਇੱਕ ਮੇਲ ਨੇ ਜਿਨ੍ਹਾਂ ਨੇ ਪਰੋਸਾ ਜਤਾਇਆ ਆਪਣੀ ਬੇਟੀ ਦੇ ਉੱਪਰ ਹੋਰ ਵੀ ਤੁਹਾਨੂੰ ਬਹੁਤ ਸਾਰੇ ਤੁਹਾਡੇ ਹਸਬੰਦ ਨੇ ਬਹੁਤ ਜ਼ਿਆਦਾ ਭਰੋਸਾ ਤੁਹਾਡੇ ਤੇ ਕੀਤਾ ਸੀ ਜੰਡਾ ਨੇ ਤੁਹਾਨੂੰ ਨਾਲ-ਨਾਲ ਰੱਖਿਆ ਜਿਸ ਦੇ ਕਰਕੇ ਤੁਸੀਂ ਉਹਨਾਂ ਦੀ ਕੰਪਨੀ ਨੂੰ ਹੋਰ ਵਧੀਆ ਤਰੀਕੇ ਨਾਲ ਸੰਭਲ ਰਹੇ ਹੋ ਤੁਹਾਡਾ ਬੇਟਾ ਸਭ ਤੋਂ ਵੱਡਾ ਤੁਹਾਡਾ ਸਪੋਰਟ ਸਿਸਟਮ ਇਸ ਤੋਂ ਇਲਾਵਾ ਇੰਡਸਟਰੀ ਦੇ ਵਿੱਚ ਹੋਰ ਕਿਹੜੇ-ਕਿਹੜੇ ਬੰਦੇ ਇਹੋ ਜੇ ਮਿਲੇ ਜਾਂ ਮਿਲਨ ਵੀ ਬ੍ਰਮਾਤਮਾ ਕਰੇ ਤੁਹਾਨੂੰ ਹੋਰ ਜਿਨ੍ਹਾਂ ਦੇ ਕਰਕੇ ਤੁਸੀਂ ਅੱਜ ਅੱਗੇ-ਅੱਗੇ ਚੱਲੀ ਜਾ ਰਹੇ ਹੋ ਅ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਲਾਈਨ ਦੇ ਵਿੱਚ ਸ਼ਾਇਦ ਮੈਂ ਨਾਂ ਪਤਾ ਨਹੀਂ ਮੈਂਸ਼ਨ ਕਰ ਸਕਦੀ ਕਿ ਨਹੀਂ ਪਰ ਮੇਰੇ ਤੁਸੀਂ ਹੈਰਾਨ ਹੋ ਜਾਓਗੇ ਰੀਮਾ ਜੀ ਜਿਹੜੀ ਆਪਾਂ ਗੱਲ ਕੀਤੀ ਨਾ ਕਿ ਸ਼ਾਇਦ ਆਪਾਂ ਕਈ ਵਾਰ ਦਿਮਾਗ ਸਾਡਾ 네ਗੇਟਿਵ ਕਿ ਹੋ ਜਾਂਦਾ ਮੈਂ ਇਹ ਨੂੰ ਇਦਾਂ ਨਹੀਂ ਲੈਂਦੀ ਮੈਂ ਇਹ ਨਹੀਂ ਕਹਿੰਦੀ ਕਿ ਮੈਂ 네ਗੇਟਿਵ ਹੋ ਗਈਆਂ ਮੈਂ ਅਵੇਅਰ ਹੋ ਗਈਆਂ ਹੂੰ ਪਹਿਲਾਂ ਮੈਂ ਯਕੀਨ ਕਰਦੀ ਸੀ ਇਹ ਇਹ ਆਮ ਔਰਤਾਂ ਨੂੰ ਇਹ ਸੁਣਨਾ ਚਾਹੀਦਾ ਸੋਚਣਾ ਚਾਹੀਦਾ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਜੜੀਆਂ ਨੇ ਉਹ ਪੋਲੀਆਂ ਵੀ ਹੁੰਦੀਆਂ ਨੇ ਤੇ ਉਹ ਛੇਤੀ ਭਰੋਸਾ ਵੀ ਕਰ ਲੈਂਦੇ ਨੇ ਕਿਉਂਕਿ ਮੈਂ ਮੈਂ ਯਕੀਨ ਕਰਦੀ ਸੀ ਕਿ ਲੋਕ ਜਿਹੜੇ ਨੇ ਸਿੱਧੇ ਹੁੰਦੇ ਆ ਜਿੱਦਾਂ ਦੇ ਦਿਖਦੇ ਜਿੱਦਾਂ ਦੀ ਗੱਲਬਾਤ ਕਰਦੇ ਇੱਕੋ ਜਿਹੇ ਹੁੰਦੇ ਆ ਹੁਣ ਮੈਂ ਕੀ ਹੋ ਗਿਆ ਕਿਉਂਕਿ ਰੂਪ ਹੀ ਇੰਨੇ ਦੇਖ ਲਏ 1.5 ਸਾਲ ਦੇ ਵਿੱਚ ਔਰ ਇਦਾਂ ਇਦਾਂ ਦੇ ਕਲੋਜ਼ ਦੇ ਰਿਸ਼ਤਿਆਂ ਦੇ ਵਿੱਚ ਉਹ ਰੂਪ ਦੇਖ ਲਿਆ ਕਿ ਹੁਣ ਮੈਨੂੰ ਇਦਾਂ ਲੱਗਣ ਲੱਗ ਪਿਆ ਕਿ ਨਹੀਂ ਇਹ ਬੰਦਾ ਜੋ ਸੋਚ ਰਿਹਾ ਜੋ ਕਰ ਰਿਹਾ ਇਹ ਇਸ ਤੋਂ ਵੀ ਗਲਤ ਮੇਰੇ ਲਈ ਸੋਚ ਸਕਦਾ ਹੈ ਕਿਉਂਕਿ ਚੀਜ਼ਾਂ ਸਾਹਮਣੇ ਉਸ ਤਰੀਕੇ ਦੇ ਨਾਲ ਆਈਆਂ ਜੀ ਉਹਨਾਂ ਲੋਕਾਂ ਨੇ ਮੇਰੀ ਮਦਦ ਕੀਤੀ ਜਿਨ੍ਹਾਂ ਨੂੰ ਸ਼ਾਇਦ ਮੈਂ ਜ਼ਿੰਦਗੀ ਦੇ ਵਿੱਚ ਇੱਕ ਜਾਂ ਦੋ ਵਾਰੀ ਮਿਲੀ ਸੀ ਹੂੰ ਉਹ ਲੋਕ ਸਿਰਫ ਉਹ ਲੋਕ ਮੇਰੀ ਜ਼ਿੰਦਗੀ 'ਚ ਹੁਣ ਤੱਕ ਅੱਗੇ ਆਏ ਅ ਮੈਂ ਅਗਰ ਸਰਕਲ ਦੀ ਵੀ ਗੱਲ ਕਰਾਂ ਅਗਰ ਮੈਂ ਸਪੋਜ਼ ਅ ਮੇਰੇ ਜਿਹੜੇ ਕੁਝ ਆਪਾਂ ਹਵਾਲਾ ਕੀ ਦਿੱਤਾ ਵਿੱਚ ਕਿ ਕੁਝ ਪੁਲਿਸ ਕੇਸ ਚੱਲਦੇ ਸੀਗੇ ਜਾਂ ਮੈਨੂੰ ਕਦੀ ਕਾਨੂੰਨੀ ਸਲਾਹ ਦੀ ਲੋੜ ਪਈ ਤਾਂ ਸਾਡੇ ਜਿਲੰਦਰ ਦੇ ਵਿੱਚ ਭਾਜੀ ਨੇ ਮੈਂ ਉਹਨਾਂ ਨੂੰ ਅੱਜ ਤੱਕ ਇੱਕ ਵਾਰੀ ਮਿਲੇ ਸੀ ਹੂੰ ਉਹਨਾਂ ਨੇ ਮੈਨੂੰ ਪੁਲਿਸ ਕਮਿਸ਼ਨਰ ਦੇ ਆਫਿਸ ਬੈਠੇ ਦੇਖਿਆ ਬੈਠੇ ਦੇਖ ਕੇ ਉਹਨਾਂ ਨੇ ਮੈਨੂੰ ਮੇਰੀ ਪ੍ਰੋਬਲਮ ਪੁੱਛ ਲਈ ਉੱਥੇ ਹੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ ਕੀਵਾਹ ਤੈਨੂੰ ਜੋ ਸਾਡੇ ਬੱਚਿਆਂ ਵਰਗੀ ਆ ਮੈਂ ਤੇਰੇ ਨਾਲ ਖੜਾ हां ਇਦਾਂ ਦੇ ਵੀ ਬੰਦੇ ਤੁਹਾਨੂੰ ਮਿਲਦੇ ਜ਼ਿੰਦਗੀ ਦੇ ਵਿੱਚ ਪਰ ਉਹ ਉਹ ਮੈਨੂੰ ਲੱਗਦਾ ਹੁੰਦਾ ਕਿ ਸਾਡੀ ਤਰਾਸ ਦੀ ਯਾਰੀ ਮਾਜੀ ਕਿ ਉਹ ਲੋਕ ਸਾਨੂੰ ਚੁਣਨੇ ਲੱਭਣੇ ਬਹੁਤ ਔਖੇ ਆ ਔਖੇ ਹਾਂ ਕਿਉਂਕਿ ਗਿਣਤੀ ਨਹੀਂ ਹੈਗੀ ਆਪਾਂ ਜਿੱਦਾਂ ਕਹਦੀਏ ਆਟੇ 'ਚ ਨਮਕ ਦੇ ਬਰਾਬਰ ਆ ਜਿਵੇਂ ਜਿੰਦਰ ਦੂਰਦਰਸ਼ਨ ਦੀ ਗੱਲ ਕਰਾਂ ਤੇ ਤੁਸੀਂ ਆਪਾਂ ਕੋਲੇ ਇੰਟਰਵਿਊ ਨਹੀਂ ਕਰ ਰਹੇ ਆਪਾਂ ਲੰਬੇ ਸਮੇਂ ਤੋਂ ਕਲੀਗਸ ਵੀ ਰਹੇ ਆ ਹਨ ਤੇ ਜਿਵੇਂ ਤੁਹਾਡੀ ਗੱਲ ਕਰਾਂ ਤੇ ਤੁਹਾਡੇ ਤੋਂ ਇਲਾਵਾ ਸ਼ਾਇਦ ਇੱਕ ਅਦਾ ਬੰਦਾ ਕੋਈ ਹੋਰ ਹੋਏਗਾ ਜਿਹਨੇ ਮੈਨੂੰ ਕਾਲ ਕੀਤੀਆਂ ਬਾਅਦ ਤੇ ਨਹੀਂ ਤਾਂ ਉਸ ਤੋਂ ਬਾਅਦ 1.5 ਸਾਲ ਹੋ ਗਿਆ ਗਾਇਬ ਨੇ ਸਾਰੇ ਗਾਇਬ ਜੋ ਮੈਨੂੰ ਸਮਝ ਆਉਂਦੀ ਕਿਸੇ ਇਨਸਾਨ ਦੇ ਜਾਣ ਤੋਂ ਬਾਅਦ ਇਦਾਂ ਕਿੱਦਾਂ ਬਦਲ ਜਾਂਦੇ ਲੋਕ ਕਿਉਂਕਿ ਲੋਕਾਂ ਨੂੰ ਸ਼ਾਇਦ ਇਹ ਸਮਝ ਲੱਗਦੀ ਹੈ ਕਿ ਉਹਦੀ ਆਪਣੀ ਕੋਈ ਹੋਂਦ ਨਹੀਂ ਨਹੀਂ ਉਹਨਾਂ ਉਹਨਾਂ ਨੂੰ ਇਹ ਲੱਗਦੀ ਕਿ ਇਹ ਹੁਣ ਲੋੜਵੰਦ ਹੈ ਹੂੰ ਇਹ ਨੂੰ ਸਾਡੀ ਲੋੜ ਪੈ ਸਕਦੀ ਹੈ ਹੂੰ ਇਹ ਕਿਤਨਾ ਕਿਤੇ ਕੁਝ ਚੀਜ਼ ਨਾ ਮੰਗ ਲੇ ਪੈਸਾ ਨਾ ਮੰਗ ਲੇ ਹੈਲਪ ਨਾ ਮੰਗ ਲਵੇ ਕਿਉਂਕਿ ਇਹਦੇ ਬੱਚੇ ਛੋਟੇ ਆ ਕਿਉਂਕਿ ਤੁਹਾਡੇ ਅੰਦਰ ਕਿੰਨੀ ਸਟਰੈਂਥ ਆ ਉਸ ਚੀਜ਼ ਨਾਲ ਲੜਨ ਦੀ ਉਹ ਕੋਈ ਨਹੀਂ ਜਾਣਦਾ ਜਿਹੜਾ ਜਾਣਦਾ ਸਿਰਫ ਉਹ ਹੀ ਅੱਗੇ ਆਉਂਦਾ ਵੀ ਇਹਨੇ ਇਹਨੇ ਵੀ ਲੜ ਲੈਣਾ ਜੇ ਅਸੀਂ ਇਹਨੂੰ ਥੋੜਾ ਜਿਹਾ ਦਿਮਾਗੀ ਸਹਿਯੋਗ ਦੇਵਾਂਗੇ ਸਪੋਰਟ ਕਰਾਂਗੇ ਤਾਂ ਇਹ ਹੋਰ ਤਕੜੀ ਹੋ ਜਾਊਗੀ ਬਿਲਕੁਲ ਤੁਹਾਨੂੰ ਇਹ ਗੱਲ ਮੇਰੀ ਮੰਨ ਕੇ ਚੱਲਣੀ ਚਾਹੀਦੀ ਇਹਦੇ ਵਿੱਚ ਮੈਂ ਮੇਲ ਜਾਂ ਫੀਮੇਲ ਨੂੰ ਕਾਊਂਟ ਕਰਕੇ ਨਹੀਂ ਚੱਲਦੀ ਤੁਹਾਨੂੰ ਜ਼ਿੰਦਗੀ 'ਚ ਤਕੜੇ ਹੋયા ਤਕੜੇ ਹੁੰਦੇ ਆ ਦੇਖਦੇ ਆ ਬਹੁਤ ਘੱਟ ਲੋਕ ਆ ਜਿਹੜੇ ਸਹਿੰਦੇ ਆ ਹਮਮ ਤੇ ਹੈ ਲੇਡੀ ਆ ਚਾਹੇ ਤੇ ਜੈਂਟਲ ਤੁਸੀਂ ਇਹ ਦੇਖੋ ਨਵਜੋਤ ਮੈਂ ਤੁਹਾਨੂੰ ਤੇ ਜਾਣਦੀ ਆ ਪਰ ਸਾਡੇ ਹਰ ਸ਼ਹਿਰ ਦੇ ਹਰ ਗਲੀ ਮੁਹੱਲੇ ਹਰ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਦੇ ਉੱਪਰ ਜਾਂ ਕਿਸੇ ਕਲੋਨੀ ਦੇ ਵਿੱਚ ਹੀ ਹਰ 10 15 ਘਰ ਛੱਡ ਕੇ ਕੋਈ ਨਾ ਕੋਈ ਵਿਧਵਾ ਔਰਤ ਹੁੰਦੀ ਆ ਕੋਈ ਕੱਲੀ ਕੁੜੀ ਹੁੰਦੀ ਆ ਕੱਲੀ ਬੱਚੀ ਹੁੰਦੀ ਆ ਜਿਹਨੂੰ ਲੜਨਾ ਪੈਂਦਾ ਹਾਲਾਤਾਂ ਦੇ ਨਾਲ ਜਿਹਨੂੰ ਕਈ ਵਾਰੀ ਪਤੀ ਦੇ ਜਾਣ ਤੋਂ ਬਾਅਦ ਇਕੱਲੇ ਹੀ ਜ਼ਿੰਦਗੀ ਦੇ ਵਿੱਚ ਆਪਣੇ ਬੱਚੇ ਆਪ ਪਾਲਨੇ ਪੈਂਦੇ ਆ ਜਾਂ ਕਈ ਵਾਰੀ ਕਿਸੇ ਬੱਚੇ ਨੂੰ ਬਾਂਪਾਪ ਦਸਾਇਆ ਉੱਠਣ ਤੋਂ ਬਾਅਦ ਆਪ ਹੀ ਆਪਣਾ ਆਪ ਚੱਕਣਾ ਪੈਂਦਾ ਪਰਿਵਾਰ ਨੂੰ ਸਮੇਟਣਾ ਪੈਂਦਾ ਸੋ ਬਹੁਤ ਸਾਰੀਆਂ ਬੱਚੀਆਂ ਬਹੁਤ ਸਾਰੀਆਂ ਔਰਤਾਂ ਸਾਡੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਨਵਜੋਤ ਵਰਗੀ ਜ਼ਿੰਦਗੀ ਹੰਡਾਉਣੀ ਪਈ ਹੋਵੇ ਤੁਹਾਨੂੰ ਅੱਜ ਇਸ ਪੋਡਕਾਸਟ ਵਿੱਚ ਬੁਲਾਉਣ ਦਾ ਮਕਸਦ ਇਹ ਸੀ ਗੱਲ ਕਰਨ ਦਾ ਮਕਸਦ ਮੇਰਾ ਇਹੀ ਸੀ ਵੀ ਬਹੁਤ ਸਾਰੀਆਂ ਔਰਤਾਂ ਇਹੋ ਜੀ ਜੂਨ ਹੰਡਾ ਰਹੀਆਂ ਨੇ ਕਿਉਂਕਿ ਆਮ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਸਾਡੇ ਇੰਡੀਆ ਦੇ ਵਿੱਚ ਨਾ ਇਤਰਾਜ਼ ਦੀ ਹੈ ਕਿਸੇ ਵੀ ਔਰਤ ਦਾ ਪਤੀ ਨਾਲ